ਸਰਾਵਾਂ ਦੇ ਵਿੱਚ ਸੰਗਤਾਂ ਹੀ ਆ ਕੇ ਰਹਿੰਦੀਆਂ ਹੁੰਦੀਆਂ, ਪਰ ਉੱਥੇ ਮਰਿਆਦਾ ਨੂੰ ਬਹਾਲ ਕਰਾਉਣਾ ਇਹ ਪ੍ਰਬੰਧਕਾਂ ਦਾ ਕੰਮ ਹੁੰਦਾ ਹੈ। ਉਹਦੇ ਵਿੱਚ ਨਾਚ ਗਾਣੇ ਰਾਹੀਂ ਗਾਣੇ ਚੱਲ ਰਹੇ ਆ, ਨਾਚ ਹੋ ਰਿਹਾ, ਡਾਂਸ ਹੋ ਰਿਹਾ। ਤੇ ਭਾਈ ਲੱਖੀ ਸ਼ਾਹ ਵਣਜਾਰਾ ਜਿਹੜੇ ਇੰਨੀ ਮਹਾਨ ਸ਼ਖਸੀਅਤ ਆ ਸਾਡੇ ਪੰਥ ਦੀ, ਉਹਨਾਂ ਦਾ ਇਹ ਜਨਮ ਦਿਵਸ ਮਨਾ ਰਹੇ, ਉੱਥੇ ਕੀ ਸਿੱਖੀ ਦਾ ਪ੍ਰਚਾਰ ਹੋਇਆ। ਪ੍ਰਬੰਧਕਾਂ ਦਾ ਕੰਮ ਹੁੰਦਾ ਗੁਰਦੁਆਰਿਆਂ ਦੀ ਸੇਵਾ ਸੰਭਾਲ, ਤੇ ਜਿਹੜੀ ਮਰਿਆਦਾ ਸਾਨੂੰ ਅਕਾਲ ਤਖ਼ਤ ਸਾਹਿਬ ਨੇ ਦਿੱਤੀ ਹੋਈ ਆ ਉਹਨੂੰ ਲਾਗੂ ਕਰਵਾਉਣਾ। ਤੇ ਜੇ ਉਹ ਸਮਝਦੇ ਆ ਕਿ ਤੰਬਾਕੂ ਦੀ ਵਰਤੋਂ ਕਰਨਾ, ਬੀੜੀ ਸਿਗਰਟ ਪੀਣਾ ਤੇ ਲੈ ਕੇ ਅੰਦਰ ਜਾਣਾ ਇਹ ਮਰਿਆਦਾ ਦੀ ਉਲੰਘਣਾ ਨਹੀਂ ਹੈ ਤੇ ਅਸੀਂ ਕੁਛ ਨਹੀਂ ਕਹਿ ਸਕਦੇ। ਉਹਨਾਂ ਨੇ ਉੱਥੇ ਰਹਿ ਕੇ ਉੱਥੇ ਹੀ ਕੱਪੜੇ ਧੋਤੇ, ਕੱਛੇ ਬਨੈਣਾ ਉੱਥੇ ਹੀ ਸੁੱਕਣੇ ਪਾਏ ਗੁਰਦੁਆਰਾ ਕੰਪਲੈਕਸ ਦੇ ਅੰਦਰ ਲੱਖੀ ਸ਼ਾਹ ਵਣਜਾਰਾ ਜੀ ਦੇ ਹਾਲ ਤੋਂ ਬਾਹਰ। ਜੇ ਉਹ ਮਰਿਆਦਾ ਦੀ ਉਲੰਘਣਾ ਨਹੀਂ ਹੈ ਤੇ ਕਾਲਕਾ ਜੀ ਅੱਛੀ ਤਰ੍ਹਾਂ ਜਾਣਦੇ, ਅਸੀਂ ਇਸ ਬਾਰੇ ਕੋਈ ਜਵਾਬ ਦੇ ਨਹੀਂ ਸਕਦੇ। ਤੁਸੀਂ ਕਹਿੰਦੇ ਪੋਲੀਟੀਕਲ ਬੈਨੀਫਿਟਸ, ਇਹੋ ਜਿਹੇ ਪ੍ਰੋਗਰਾਮ ਪੋਲੀਟੀਕਲ ਬੈਨੀਫਿਟਸ ਵਾਸਤੇ ਹੁੰਦੇ ਨੇ? ਬਿਲਕੁਲ 100%। ਉਹ ਆਪ ਹੀ ਕਹਿ ਰਹੇ ਕਿ ਇਹਦੇ ਵਿੱਚ ਕੋਈ MP ਹੈਗੇ ਆ ਬੰਜਾਰਾ ਸਮਾਜ ਤੋਂ, ਉਹ ਆਏ ਸੀ, ਉਹ ਮਨਾਉਣਾ ਚਾਹੁੰਦੇ ਸੀ, ਉਹ ਹਰ ਸਾਲ ਸ਼ਤਾਬਦੀਆਂ ਮਨਾਉਂਦੇ ਆ। ਫਿਰ ਇੰਡੀਅਨ ਗੌਰਮੈਂਟ ਦੀ ਜਿਹੜੀ ਉਹਦੇ ਚ ਇਨਵੋਲਵਮੈਂਟ ਸੀ, ਉਹਨਾਂ ਦੇ ਨਾਲ ਹੀ ਉਹਨਾਂ ਨੇ ਬੁੱਕ ਕਰਾਇਆ। ਮੈਂ ਜੋ ਸੁਣਨ ਚ ਆਇਆ ਕਿ 95 ਲੱਖ ਦਾ ਕੋਈ ਇਹਨਾਂ ਨੂੰ ਉਹ ਪੈਸੇ ਵੀ ਮਿਲੇ ਆ ਜਿਹੜਾ ਸਰਕਾਰ ਦੇ ਵੱਲੋਂ, ਉਹ ਵੀ ਇਹਨਾਂ ਨੇ ਯੂਜ਼ ਕੀਤਾ। ਕਿਹਨੂੰ ਮਿਲਿਆ? ਗੁਰਦੁਆਰਾ ਕਮੇਟੀ ਨੂੰ। ਪਰ ਘੱਟੋ ਘੱਟ ਜਿਹੜੀ ਮਰਿਆਦਾ ਸਾਡੀ ਕੌਮ ਦੀ ਹੈ, ਜਿਹੜਾ ਸਾਡਾ ਇਤਿਹਾਸ ਹੈ, ਉਹਨੂੰ ਤਰੋੜ ਮਰੋੜ ਕੇ ਪੇਸ਼ ਨਾ ਕਰੋ। ਮਰਿਆਦਾ ਨੂੰ ਕਾਇਮ ਰੱਖਣ ਦੇ ਵੀ ਤੁਸੀਂ ਪ੍ਰਬੰਧਕ ਹੈਗੇ ਹੋ, ਤੁਹਾਨੂੰ ਸੰਗਤ ਨੇ ਪ੍ਰਬੰਧਕ ਬਣਾ ਕੇ ਭੇਜਿਆ ਕਿ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਔਰ ਇਤਿਹਾਸ ਨੂੰ ਲਾਗੂ ਕਰਾਓ, ਨਾ ਕਿ ਉਹਨੂੰ ਖਰਾਬ ਕਰੋ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਵੋਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ। ਸਿੱਖ ਸਿਆਸਤ ਦੇ ਅੰਦਰ ਲੱਕੀ ਸ਼ਾਹ ਵਣਜਾਰਾ ਜੀ ਦਾ ਜਿਹੜਾ ਪ੍ਰੋਗਰਾਮ ਮਨਾਇਆ ਗਿਆ, ਉਹਦੇ ਅੰਦਰ ਜਿਹੜੀ ਬੇਦਬੀਆਂ ਹੋਈਆਂ ਉਹਦੇ ਨਾਲ ਸਿਆਸਤ ਸ਼ੁਰੂ ਹੋ ਚੁੱਕੀ ਹਨ। ਬੁੱਝ ਗਏ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਜੀ, ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋਨੂੰ ਜੀ, ਇੱਕ ਪਾਸੇ ਸੋਸ਼ਲ ਮੀਡੀਆ ਤੇ ਮੈਸੇਜ ਚੱਲ ਰਿਹਾ ਹੈ ਕਿ ਬੇਦਬੀ ਹੋ ਗਈ, ਬੇਦਬੀ ਹੋ ਗਈ, ਮਗਰ ਅੱਜ ਸਵੇਰੇ ਹਰਮੀਤ ਸਿੰਘ ਕਾਲਕਾ ਜੀ ਨੇ ਬਿਆਨ ਲਗਾਇਆ ਅਖਬਾਰਾਂ ਦੇ ਅੰਦਰ, ਕੋਈ ਬੇਦਬੀ ਨਹੀਂ ਹੋਈ। ਉਸ ਤੋਂ ਬਾਅਦ ਹੁਣ ਲੱਗਦਾ ਹੈ ਮੈਸੇਜ ਖਤਮ, ਗੱਲ ਖਤਮ ਹੋ ਜਾਣੀ ਚਾਹੀਦੀ ਕਿ ਬੇਦਬੀ ਨਹੀਂ ਹੋਈ। ਹਰਮੀਤ ਸਿੰਘ ਕਾਲਕਾ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ। ਪ੍ਰਬੰਧਕਾਂ ਦਾ ਕੰਮ ਹੁੰਦਾ ਗੁਰਦੁਆਰਿਆਂ ਦੀ ਸੇਵਾ ਸੰਭਾਲ, ਤੇ ਜਿਹੜੀ ਮਰਿਆਦਾ ਸਾਨੂੰ ਅਕਾਲ ਤਖ਼ਤ ਸਾਹਿਬ ਨੇ ਦਿੱਤੀ ਹੋਈ ਆ ਉਹਨੂੰ ਲਾਗੂ ਕਰਵਾਉਣਾ। ਤੇ ਜੇ ਉਹ ਸਮਝਦੇ ਆ ਕਿ ਤੰਬਾਕੂ ਦੀ ਵਰਤੋਂ ਕਰਨਾ, ਬੀੜੀ ਸਿਗਰਟ ਪੀਣਾ ਤੇ ਲੈ ਕੇ ਅੰਦਰ ਜਾਣਾ ਇਹ ਮਰਿਆਦਾ ਦੀ ਉਲੰਘਣਾ ਨਹੀਂ ਹੈ ਤੇ ਅਸੀਂ ਕੁਛ ਨਹੀਂ ਕਹਿ ਸਕਦੇ। ਉੱਥੇ ਜਿਹੜੇ ਸੰਗਤ ਰਹਿ ਰਹੀ ਸੀ ਜਾਂ ਜਿਹੜੇ ਉਹ ਬੰਜਾਰੇ ਆਏ ਸੀ ਡਿਫਰੈਂਟ ਸਟੇਟਸ ਤੋਂ ਇੰਡੀਆ ਦੀ, ਉਹਨਾਂ ਨੇ ਉੱਥੇ ਰਹਿ ਕੇ ਉੱਥੇ ਹੀ ਕੱਪੜੇ ਧੋਤੇ, ਕੱਛੇ ਬਨੈਣਾ ਉੱਥੇ ਹੀ ਸੁੱਕਣੇ ਪਾਏ ਗੁਰਦੁਆਰਾ ਕੰਪਲੈਕਸ ਦੇ ਅੰਦਰ ਲੱਖੀ ਸ਼ਾਹ ਵਣਜਾਰਾ ਜੀ ਦੇ ਹਾਲ ਤੋਂ ਬਾਹਰ। ਜੇ ਉਹ ਮਰਿਆਦਾ ਦੀ ਉਲੰਘਣਾ ਨਹੀਂ ਹੈ ਤੇ ਕਾਲਕਾ ਜੀ ਅੱਛੀ ਤਰ੍ਹਾਂ ਜਾਣਦੇ, ਅਸੀਂ ਇਸ ਬਾਰੇ ਕੋਈ ਜਵਾਬ ਦੇ ਨਹੀਂ ਸਕਦੇ। ਮਗਰ ਉਹਨਾਂ ਨੇ ਅੱਗੇ ਇਹੋ ਜਿਹੇ ਪ੍ਰੋਗਰਾਮ ਸੰਗਤਾਂ ਨੂੰ ਰਹਿਣ ਵਾਸਤੇ ਜਗ੍ਹਾ ਪਹਿਲੇ ਵੀ ਦਿੱਤੀਆਂ ਗਈਆਂ ਨੇ ਤੇ ਅੱਗੇ ਵੀ ਦਿੱਤੀਆਂ ਜਾਣਗੀਆਂ, ਤੇ ਇਸ ਟੌਪਿਕ ਤੇ ਇੰਨਾ ਕਿੰਤੂ ਪਰੰਤੂ ਕਿਉਂ? ਸਰਾਵਾਂ ਦੇ ਵਿੱਚ ਸੰਗਤਾਂ ਹੀ ਆ ਕੇ ਰਹਿੰਦੀਆਂ ਹੁੰਦੀਆਂ, ਪਰ ਉੱਥੇ ਮਰਿਆਦਾ ਨੂੰ ਬਹਾਲ ਕਰਾਉਣਾ ਇਹ ਪ੍ਰਬੰਧਕਾਂ ਦਾ ਕੰਮ ਹੁੰਦਾ ਹੈ। ਇਹ ਜਿਹੜੇ ਉੱਥੇ ਸੇਵਾਦਾਰ ਹੈ ਉਹਨਾਂ ਨੂੰ ਦੱਸਿਆ ਜਾਂਦਾ ਹੈ, ਜਿਹੜੇ ਬੰਦੇ ਉੱਥੇ ਰਹਿਣ ਆਏ ਸੀ ਇਹਨਾਂ ਦਾ ਪ੍ਰਬੰਧਕਾਂ ਦਾ ਕੰਮ ਸੀ ਉਹਨਾਂ ਨੂੰ ਦੱਸਣਾ ਕਿ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਅੰਦਰ ਤੰਬਾਕੂ, ਬੀੜੀ, ਸਿਗਰਟ ਇਹ ਲੈ ਕੇ ਜਾਣਾ ਘੋਰ ਬੇਦਬੀ ਹੈ ਸਾਡੀ ਮਰਿਆਦਾ ਦੇ ਅਨੁਸਾਰ, ਸਾਡੀ ਅਕਾਲ ਤਖ਼ਤ ਦੀ ਸਿੱਖ ਧਰਮ ਦੀ ਮਰਿਆਦਾ ਦੇ ਅਨੁਸਾਰ। ਤੇ ਇਹਨਾਂ ਨੇ ਹਮੇਸ਼ਾ ਹੀ ਇਸ ਤਰ੍ਹਾਂ ਕੀਤਾ, ਜਿਹੜਾ ਇਹਨਾਂ ਨੇ ਪ੍ਰੋਗਰਾਮ ਬਣਾਇਆ ਉਹਦੇ ਵਿੱਚ ਨਾਚ ਗਾਣੇ ਰਾਹੀਂ ਗਾਣੇ ਚੱਲ ਰਹੇ ਆ, ਨਾਚ ਹੋ ਰਿਹਾ, ਡਾਂਸ ਹੋ ਰਿਹਾ। ਤੇ ਭਾਈ ਲੱਖੀ ਸ਼ਾਹ ਵਣਜਾਰਾ ਜਿਹੜੇ ਇੰਨੀ ਮਹਾਨ ਸ਼ਖਸੀਅਤ ਆ ਸਾਡੇ ਪੰਥ ਦੀ, ਉਹਨਾਂ ਦਾ ਇਹ ਜਨਮ ਦਿਵਸ ਮਨਾ ਰਹੇ, ਉੱਥੇ ਕੀ ਸਿੱਖੀ ਦਾ ਪ੍ਰਚਾਰ ਹੋਇਆ, ਕੀ ਸਿੱਖੀ ਦੇ ਬਾਰੇ ਲੋਕਾਂ ਨੂੰ ਪਤਾ ਲੱਗਿਆ, ਕਿਸੇ ਨੂੰ ਲੱਗਿਆ? ਸਿਰਫ ਇਹਨਾਂ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ, ਸਰਕਾਰ ਨੂੰ ਖੁਸ਼ ਕਰਨ ਲਈ, ਆਪਣੇ ਅਹੁਦੇਦਾਰੀਆਂ ਲੈਣ ਲਈ, ਆਪਣੇ ਫਾਇਦੇ ਲਈ, ਆਪਣੇ ਬੈਨੀਫਿਟਸ ਲਈ ਇਹ ਜਿਹੜਾ ਕੰਮ ਸੀ ਉਹ ਕੀਤਾ। ਤੁਸੀਂ ਕਰੋ, ਤੁਹਾਨੂੰ ਮੁਬਾਰਕ ਹੈ, ਪਰ ਸਾਡਾ ਇਤਿਹਾਸ ਤੇ ਸਾਡੀ ਜਿਹੜੀ ਮਰਿਆਦਾ ਇਹਨੂੰ ਨਾ ਖਰਾਬ ਕਰੋ। ਮੈਂ ਤੁਹਾਨੂੰ ਰੋਕਣਾ, ਉਹ ਕਹਿੰਦੇ ਨੇ ਸਿੱਖੀ ਦਾ ਪ੍ਰਚਾਰ ਦਾ ਪ੍ਰੋਗਰਾਮ ਇਹ ਕਲਚਰਲ ਪ੍ਰੋਗਰਾਮ ਸੀ। ਕਲਚਰ ਪ੍ਰੋਗਰਾਮ ਨੂੰ ਕਰੋ ਨਾ, ਪਰ ਜਿਹੜੀ ਸਾਡੀ ਇੰਨੀ ਮਹਾਨ ਸ਼ਖਸੀਅਤ ਹੈ ਲੱਖੀ ਸ਼ਾਹ ਵਣਜਾਰਾ ਜੀ, ਉਹਨਾਂ ਦੇ ਜਨਮ ਦਿਵਸ ਤੇ ਦਿੱਲੀ ਕਮੇਟੀ ਅਗਰ ਸਹਿਯੋਗ ਕਰ ਰਹੀ ਹੈ
ਤੇ ਉਹਨੂੰ ਚਾਹੀਦਾ ਕਿ ਉੱਥੇ ਵੀ ਪੂਰੀ ਮਰਿਆਦਾ ਜਿਹੜਾ ਹੈ ਉਹ ਪਾਲਣ ਕੀਤਾ ਜਾਏ, ਮਰਿਆਦਾ ਬਹਾਲ ਕੀਤੀ ਜਾਏ। ਔਰ ਇਤਿਹਾਸ ਹੈ ਲੱਖੀ ਸ਼ਾਹ ਵਣਜਾਰਾ ਜੀ ਨੂੰ ਵਣਜਾਰਾ ਸਮਾਜ ਨਾਲ ਨਾ ਜੋੜਿਆ ਜਾਏ। ਲੱਖੀ ਸ਼ਾਹ ਵਣਜਾਰਾ ਜੀ ਵਣਜ ਕਰਨ ਵਾਲੇ ਲੁਬਾਣਾ ਸਮਾਜ ਤੋਂ ਸੀ ਔਰ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਹੀ ਚੱਲ ਰਹੇ ਸੀ ਉਹਨਾਂ ਸਿੱਖੀ। ਭਾਈ ਮਨੀ ਸਿੰਘ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਦਾਮਾਦ ਸੀ ਲੱਖੀ ਸ਼ਾਹ ਵਣਜਾਰਾ ਜੀ ਦੇ, ਤੇ ਉੱਥੇ ਉਹਨਾਂ ਨੂੰ ਮਰਿਆਦਾ ਇਹਨਾਂ ਨੂੰ ਕਾਇਮ ਕਰਨੀ ਚਾਹੀਦੀ। ਇਤਿਹਾਸ ਜਿਹੜਾ ਉੱਥੇ ਦੱਸਣਾ ਚਾਹੀਦਾ ਸੀਗਾ ਵਣਜਾਰਾ ਸਮਾਜ ਨੂੰ। ਇਹਨਾਂ ਨੇ ਇਤਿਹਾਸ ਨੂੰ ਵੀ ਖਰਾਬ ਕੀਤਾ ਤੇ ਮਰਿਆਦਾ ਦਾ ਵੀ ਕਾਣ ਕੀਤਾ। ਇਸ ਪ੍ਰੋਗਰਾਮ ਤੋਂ ਪਹਿਲੇ ਕਈ ਬੁੱਧੀਜੀਵੀ ਵੀ ਗਏ ਸੀ, ਗੱਲ ਕਰਕੇ ਵੀ ਆਏ ਸੀ ਕਿ ਇਹੋ ਜਿਹਾ ਪ੍ਰਚਾਰ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਜਿਹੜੀ ਗੱਲ ਬੁੱਧੀਜੀਵੀਆਂ ਨੇ ਕਹੀ ਸੀ ਉਹ ਗੱਲ ਦੇ ਉੱਤੇ ਖਰੇ ਉਤਰ ਪਾਏ ਨੇ, ਜਾਂ ਉਹ ਗੱਲ ਮੰਨੀ ਗਈ ਹੈ? ਮੈਨੂੰ ਤਾਂ ਨਹੀਂ ਲੱਗਦਾ ਬਿਲਕੁਲ ਵੀ। ਜੇ ਇਹਨਾਂ ਨੂੰ ਚਾਹੀਦਾ ਸੀ, ਜਿੰਨੇ ਵੀ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਹੈਗੇ ਆ, ਉੱਥੇ ਲੱਖੀ ਸ਼ਾਹ ਵਣਜਾਰਾ ਜੀ ਦੇ ਜੀਵਨ ਦੇ ਬਾਰੇ ਦੇ ਵਿੱਚ, ਇਤਿਹਾਸ ਦੇ ਬਾਰੇ ਦੇ ਵਿੱਚ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਲੈ ਕੇ ਉਸ ਤੋਂ ਬਾਅਦ ਵਣਜਾਰਾ ਜੀ ਦਾ ਕੀ ਉਹਦੇ 'ਚ ਰੋਲ ਸੀਗਾ, ਉਹ ਸਾਰਾ ਸੰਗਤਾਂ ਦੇ ਸਾਹਮਣੇ ਲੈ ਕੇ ਆਉਣ, ਸੰਗਤਾਂ ਨੂੰ ਦੱਸਣ ਉਹਨਾਂ ਦੇ ਜੀਵਨ ਦੇ ਬਾਰੇ, ਤਾਂ ਇਹ ਸਿੱਖੀ ਦਾ ਪ੍ਰਚਾਰ ਹੋਏਗਾ, ਤਾਂ ਸੰਗਤਾਂ ਨੂੰ ਪਤਾ ਲੱਗੇਗਾ। ਇਹ ਨਹੀਂ ਕਿ ਉੱਥੇ ਆਪਣੇ ਪੋਲੀਟੀਕਲ ਬੈਨੀਫਿਟਸ ਦੇ ਲਈ ਇਹ ਪ੍ਰੋਗਰਾਮ ਜਿਹੜੇ ਕਰਾਉਂਦੇ ਰਹਿਣ। ਇਹ ਬਿਲਕੁਲ ਮਰਿਆਦਾ ਦਾ ਕਾਣ ਹੋਇਆ। ਤੁਸੀਂ ਕਹਿੰਦੇ ਪੋਲੀਟੀਕਲ ਬੈਨੀਫਿਟਸ, ਇਹੋ ਜਿਹੇ ਪ੍ਰੋਗਰਾਮ ਪੋਲੀਟੀਕਲ ਬੈਨੀਫਿਟਸ ਵਾਸਤੇ ਹੁੰਦੇ ਨੇ? ਬਿਲਕੁਲ 100%। ਉਹ ਆਪ ਹੀ ਕਹਿ ਰਹੇ ਕਿ ਇਹਦੇ ਵਿੱਚ ਕੋਈ MP ਹੈਗੇ ਆ ਬੰਜਾਰਾ ਸਮਾਜ ਤੋਂ, ਉਹ ਆਏ ਸੀ, ਉਹ ਮਨਾਉਣਾ ਚਾਹੁੰਦੇ ਸੀ, ਉਹ ਹਰ ਸਾਲ ਸ਼ਤਾਬਦੀਆਂ ਮਨਾਉਂਦੇ ਆ। ਫਿਰ ਇੰਡੀਅਨ ਗੌਰਮੈਂਟ ਦੀ ਜਿਹੜੀ ਉਹਦੇ 'ਚ ਇਨਵੋਲਵਮੈਂਟ ਸੀ, ਉਹਨਾਂ ਦੇ ਨਾਲ ਹੀ ਉਹਨਾਂ ਨੇ ਬੁੱਕ ਕਰਾਇਆ। ਮੈਨੂੰ ਮੈਂ ਜੋ ਸੁਣਨ 'ਚ ਆਇਆ ਕਿ ਕੋਈ 95 ਲੱਖ ਦਾ ਕੋਈ ਇਹਨਾਂ ਨੂੰ ਉਹ ਪੈਸੇ ਵੀ ਮਿਲੇ ਆ ਜਿਹੜਾ ਸਰਕਾਰ ਦੇ ਵੱਲੋਂ, ਉਹ ਵੀ ਇਹਨਾਂ ਨੇ ਯੂਜ਼ ਕੀਤਾ। ਕਿਹਨੂੰ ਮਿਲਿਆ? ਗੁਰਦੁਆਰਾ ਕਮੇਟੀ ਨੂੰ ਪ੍ਰੋਗਰਾਮ ਦੇ ਲਈ। ਇਹ ਸੁਣਨ ਦੇ ਵਿੱਚ ਆਇਆ, ਹਾਲੇ ਇਹਦੇ ਪੁਖਤਾ ਸਾਡੇ ਕੋਲ ਸਬੂਤ ਨਹੀਂ ਹੈਗੇ, ਪਰ ਸੁਣਨ ਦੇ ਇਹ ਗੱਲ ਆ ਰਹੀ ਹੈ। ਜਿਸ ਤਰ੍ਹਾਂ ਪਹਿਲੇ ਇਹਨਾਂ ਨੇ ਲਾਲ ਕਿਲੇ ਦੇ ਵਿੱਚ ਪ੍ਰੋਗਰਾਮ ਕਰਾਇਆ ਸੀ, ਉੱਥੇ ਵੀ ਇਹਨਾਂ ਨੇ ਕਰੋੜਾਂ ਰੁਪਏ ਦੇ ਜਿਹੜੇ ਬਿੱਲ ਪਾਸ ਕੀਤੇ, ਖਰਚਾ ਜੇ 15-20 ਲੱਖ ਸੀਗਾ, ਉਹਨੂੰ 80-80 ਲੱਖ ਸ਼ੋਅ ਕਰਕੇ ਸੰਗਤਾਂ ਦੇ ਸਾਹਮਣੇ ਉਹ ਆ ਚੁੱਕਿਆ ਆਲਰੇਡੀ, ਉਹਦੀ ਵੀ ਹਾਲੇ ਘੋਖ ਚੱਲ ਰਹੀ ਹੈ। ਤੇ ਇਹ ਆਪਣੇ ਪੋਲੀਟੀਕਲ ਬੈਨੀਫਿਟ ਵੀ ਲੈਂਦੇ ਆ ਆਪਣੇ ਘਰ ਵਾਲਿਆਂ ਨੇ, ਉਹਨਾਂ ਕੋਲ BJP ਦੇ ਕੋਲ ਜਾਂ ਜਿਹੜੀ ਵੀ ਸਰਕਾਰ ਕੇਂਦਰ ਦੇ ਵਿੱਚ ਹੈਗੀ ਹੈ ਉਹਦੇ ਕੋਲ ਇਹਨਾਂ ਨੇ ਟਿਕਟਾਂ ਲੈਣੀਆਂ, MLA ਦੀ ਜਾਂ ਕੌਂਸਲ, ਤੁਸੀਂ ਲਓ, ਤੁਹਾਨੂੰ ਮੁਬਾਰਕ ਹੈ। ਪਰ ਘੱਟੋ ਘੱਟ ਜਿਹੜੀ ਮਰਿਆਦਾ ਸਾਡੀ ਕੌਮ ਦੀ ਹੈ, ਜਿਹੜਾ ਸਾਡਾ ਇਤਿਹਾਸ ਹੈ, ਉਹਨੂੰ ਤਰੋੜ ਮਰੋੜ ਕੇ ਪੇਸ਼ ਨਾ ਕਰੋ। ਮਰਿਆਦਾ ਨੂੰ ਕਾਇਮ ਰੱਖਣ ਦੇ ਵੀ ਤੁਸੀਂ ਪ੍ਰਬੰਧਕ ਹੈਗੇ ਹੋ, ਤੁਹਾਨੂੰ ਸੰਗਤ ਨੇ ਪ੍ਰਬੰਧਕ ਬਣਾ ਕੇ ਭੇਜਿਆ ਕਿ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਔਰ ਇਤਿਹਾਸ ਨੂੰ ਲਾਗੂ ਕਰਾਓ, ਨਾ ਕਿ ਉਹਨੂੰ ਖਰਾਬ ਕਰੋ। ਐਸੀ ਰਮਨਦੀਪ ਸਿੰਘ ਸੋਨੂ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ। ਦੇਖਦੇ ਰਹੋ ਵੌਇਸ ਆਫ ਇੰਡੀਆ।